हेलो, गुड इवनिंग टू एवरीवन. गुड इवनिंग सर जी. ते हमेशा दी तरह आज बड़े समय तो बाद आपा जेड़ा वेबिनार लेके हाजिर हुए हां. ते आज दा जेड़ा साडा वेबिनार हैगा या कुछ क्वेश्चन आंसर्स ते आ यानी प्रश्न उत्तरा ते जेड़े की रिसेंटली कुछ इदा दीयां चीजां कुछ इदा दे आइडियाज क्रिएट हुए आ उना ते आपा जेड़े आ कुछ क्वेश्चंस लेके आए आ. ते आपा ਸਾਨੂੰ ਰਿਕੁਐਸਟ ਕਰਾਂਗੇ ਕਿ ਉਹ ਸਾਨੂੰ ਇਹਦੇ ਬਾਰੇ ਬੈਸਟ ਜਿਹੜੀ ਜਾਣਕਾਰੀ ਦੇ ਦੇਣਗੇ. ਤੇ ਅੱਜ ਲਈ ਆਪਾਂ ਸਰ ਦਾ ਥੈਂਕ ਯੂ ਕਰਦੇ ਹਾਂ ਟੂ ਜੁਆਇਨ ਅਸ ਐਂਡ ਟੂ ਗਿਵ ਯੋਰ ਪ੍ਰੀਸ਼ੀਅਸ ਟਾਈਮ. ਤੇ ਗੁੱਡ ਈਵਨਿੰਗ ਟੂ ਆਲ ਆਫ ਯੂ ਐਂਡ ਵੈਲਕਮ ਅਗੇਨ. ਤੇ ਅੱਜ ਸਾਡੇ ਨਾਲ ਡਾਕਟਰ ਜਗਤਜੀਤ ਸਿੰਘ ਵਿਰਕ ਜੀ MBBS FAMS FCGP PGDGM ਫਗਵਾੜਾ ਤੋਂ ਸਾਡੇ ਨਾਲ ਰੂਬਰੂ ਹੋਏ ਹਨ. ਤੇ ਥੈਂਕ ਯੂ ਕਰਦੇ ਹਾਂ ਆਪਾਂ ਸਰ ਦਾ. ਹਮੇਸ਼ਾ ਹੀ ਜਿੰਨਾ ਕਰੀਏ ਉਨਾ ਹੀ ਘੱਟ ਹੈ ਕਿਉਂਕਿ ਉਹ ਆਪਣਾ ਬਹੁਤ ਪ੍ਰੈਸ਼ੀਅਸ ਟਾਈਮ ਸਾਨੂੰ ਦਿੰਦੇ ਹੈਗੇ ਆ. ਤੇ ਕਰੀਏ ਸਰ ਅੱਜ ਦਾ ਸੈਸ਼ਨ ਸਟਾਰਟ. ਪਲੀਜ਼ ਥੈਂਕ ਯੂ ਸਰ, ਥੈਂਕ ਯੂ. ਤੇ ਸਰ ਸਭ ਤੋਂ ਪਹਿਲਾਂ ਜਿਹੜਾ ਰੀਸੈਂਟਲੀ ਚੱਲ ਰਿਹਾ ਹੈਗਾ ਜਿਵੇਂ ਅੱਜ ਕੱਲ ਦੀ ਜੇ ਆਪਾਂ ਗਰਮੀ ਬਾਰੇ ਕਹੀਏ ਤਾਂ ਜਿਵੇਂ ਕਿ ਅਪ੍ਰੈਲ ਮਈ ਦੇ ਮਹੀਨੇ ਦੇ ਵਿੱਚ ਹੀ ਬਹੁਤ ਜ਼ਿਆਦਾ ਟੈਂਪਰੇਚਰ ਹਾਈ ਚਲਾ ਗਿਆ ਆ, 47-48 ਤੱਕ ਵੀ ਗਿਆ ਆ. ਤੇ ਇਹਦੇ ਵਿੱਚ ਤੁਸੀਂ ਕੀ ਕਹਿਣਾ ਚਾਹੋਗੇ? ਤਾਂ ਜੇ ਕੋਈ ਸੁਝਾਅ ਹੈਗਾ ਆ ਕਿ ਉਹ ਤੁਸੀਂ ਸਾਨੂੰ ਸ਼ੇਅਰ ਕਰੋ ਪਲੀਜ਼. ਸਭ ਤੋਂ ਤਾਂ ਪਹਿਲਾਂ ਤਾਂ ਇਹ ਆ ਕਿ ਗਰਮੀ ਜਿਹੜੀ ਹੈਗੀ ਆ ਉਹ ਹਰ ਸਾਲ ਆਉਂਦੀ ਹੈ ਔਰ ਹਰ ਸਾਲ ਅਸੀਂ ਗਰਮੀ ਨੂੰ ਭੁੱਲ ਜਾਂਦੇ ਹਾਂ ਔਰ ਜਦੋਂ ਫਿਰ ਗਰਮੀ ਸ਼ੁਰੂ ਹੁੰਦੀ ਆ ਤਾਂ ਫਿਰ ਅਸੀਂ ਰੌਲਾ ਪਾ ਦਿੰਦੇ ਹਾਂ ਕਿ ਗਰਮੀ ਬਹੁਤ ਹੋ ਗਈ ਹੈ। 46-47 ਦੇ ਲਾਗੇ ਛਾਗੇ ਤਾਂ ਹਰ ਸਾਲ ਹੀ ਗਰਮੀ ਦਾ ਟੈਂਪਰੇਚਰ ਜਿਹੜਾ ਹੈਗਾ ਉਹ ਜਾਂਦਾ ਹੈਗਾ ਹੈ ਔਰ ਹੌਲੀ ਹੌਲੀ ਸਾਡੀ ਬਾਡੀ ਜਿਹੜੀ ਹੈਗੀ ਆ ਉਹਨੂੰ ਐਕਲੇਮੇਟਾਈਜ਼ ਕਰ ਲੈਂਦੀ ਹੈਗੀ। ਇਹ ਉਸ ਵੇਲੇ ਜ਼ਿਆਦਾ ਪ੍ਰੋਬਲਮ ਹੁੰਦੀ ਆ ਜਦ ਇੱਕਦਮ ਤੁਹਾਨੂੰ ਬਾਡੀ ਦੀ ਚੇਂਜ ਟੈਂਪਰੇਚਰ ਦੇ ਵਿੱਚ ਹੁੰਦੀ ਆ ਕਿ ਕੁਝ ਦਿਨ ਪਹਿਲਾਂ ਤਾਂ 30-32 ਸੀਗਾ ਤਾਂ ਇੱਕਦਮ ਹੀ 45-46 ਹੋ ਗਿਆ। ਉਹਦੇ ਵਿੱਚ ਜ਼ਿਆਦਾ ਫਰਕ ਪੈਂਦਾ ਆ। ਅਦਰਵਾਈਜ਼ ਜਦੋਂ 1-1, 2-2 ਡਿਗਰੀ ਵੱਧਦਾ ਹੈਗਾ ਆ ਤਾਂ ਉਹਦੇ ਵਿੱਚ ਸਾਡੀ ਬਾਡੀ ਜਿਹੜੀ ਹੈ ਉਹਨੂੰ ਐਡਜਸਟ ਕਰ ਲੈਂਦੀ ਹੈਗੀ। ਜੀ, ਔਰ ਜਦੋਂ ਜ਼ਿਆਦਾ ਟੈਂਪਰੇਚਰ ਹੁੰਦਾ ਵੀ ਹੈ ਤਾਂ ਉਹਦੇ ਵਿੱਚ ਇਹ ਹੈ ਕਿ ਜ਼ਿਆਦਾ ਟੈਂਪਰੇਚਰ ਜਿਹੜਾ ਹੈ ਉਹ ਦੁਪਹਿਰ ਨੂੰ ਜ਼ਿਆਦਾ ਹੁੰਦਾ ਹੈਗਾ ਹੈ। ਖਾਸ ਕਰਕੇ 12-1 ਵਜੇ ਤੋਂ ਲੈ ਕੇ 3-4 ਵਜੇ ਤੱਕ ਜਿਹੜਾ ਇਹ ਪੀਰੀਅਡ ਹੈਗਾ ਇਹਦੇ ਵਿੱਚ ਜ਼ਿਆਦਾ ਟੈਂਪਰੇਚਰ ਹੁੰਦੀ ਆ ਜਦੋਂ ਕਿ ਸੂਰਜ ਬਿਲਕੁਲ ਸਾਡੇ ਉੱਪਰ ਹੁੰਦਾ ਹੈਗਾ ਹੈ। ਜੀ ਉਹਦੇ ਵਿੱਚ ਇਹ ਆ ਕਿ ਅਸੀਂ ਅਗਰ ਇਨਡੋਰ ਰਹੀਏ ਤੇ ਉਹਦੇ ਨਾਲ ਅਸੀਂ ਉਹ ਬਾਹਰਲੀ ਜਿਹੜੀ ਹੀਟ ਹੈਗੀ ਆ ਉਹਨੂੰ ਅਵੋਇਡ ਕਰ ਸਕਦੇ ਹੈਗੇ ਆ। ਬਾਈ ਚਾਂਸ ਅਗਰ ਅਸੀਂ ਸਾਨੂੰ ਬਾਹਰ ਜਾਣਾ ਵੀ ਪੈਂਦਾ ਆ ਤੇ ਸਾਨੂੰ ਕੋਈ ਛਾਤਾ ਵਗੈਰਾ ਜਾਂ ਕੋਈ ਉੱਪਰ ਕੱਪੜਾ ਐਸਾ ਲੈਣਾ ਚਾਹੀਦਾ ਹੈਗਾ ਜਿਹਦੇ ਨਾਲ ਕਿ ਸਾਡੀ ਬਾਡੀ ਦੇ ਉੱਤੇ ਡਾਇਰੈਕਟ ਹੀਟ ਦਾ ਅਸਰ ਨਾ ਹੋਵੇ। ਔਰ ਸਭ ਤੋਂ ਪਹਿਲਾਂ ਇਹ ਜ਼ਰੂਰੀ ਕਰ ਲੈਣਾ ਚਾਹੀਦਾ ਕਿ ਅਗਰ ਤੁਸੀਂ ਬਾਹਰ ਜਾਣਾ ਆ ਤਾਂ ਤੁਸੀਂ 1-2 ਗਲਾਸ ਪਾਣੀ ਦੇ ਜ਼ਰੂਰ ਪੀ ਕੇ ਜਾਣਾ ਹੈਗਾ ਤਾਂ ਕਿ ਤੁਹਾਨੂੰ ਬਾਹਰ ਦੇ ਵਿੱਚ ਜੇ ਪਸੀਨਾ ਵਗੈਰਾ ਵੀ ਆਉਂਦਾ ਆ ਤਾਂ ਤੁਹਾਡੀ ਬਾਡੀ ਦੇ ਵਿੱਚ ਇਨਫ ਵਾਟਰ ਹੋਏਗਾ ਤਾਂ ਜਿਹੜਾ ਕਿ ਤੁਹਾਨੂੰ ਕੰਪਨਸੇਟ ਕਰ ਸਕਦਾ ਹੈ। ਨਾਟ ਓਨਲੀ ਦੈਟ ਅੱਜ ਕੱਲ ਗਰਮੀਆਂ ਦੇ ਵਿੱਚ ਅਗਰ ਤੁਸੀਂ ਪਾਣੀ ਦੇ ਵਿੱਚ ਨਿੰਬੂ ਨਿਚੋੜ ਲਓ ਜਾਂ ਉਹਦੇ ਵਿੱਚ ਥੋੜਾ ਨਮਕ ਡਾਲ ਲਓ ਤੇ ਉਹ ਵੀ ਤੁਹਾਨੂੰ ਬੈਨੀਫੀਸ਼ੀਅਲ ਹੋ ਸਕਦਾ ਹੈਗਾ ਆ। ਇਹ ਤਾਂ ਵੈਸੇ ਮੁੱਢਲੀਆਂ ਗੱਲਾਂ ਹੈਗੀਆਂ ਜਿਹੜੀਆਂ ਕਿ ਤੁਸੀਂ ਵਰਤ ਸਕਦੇ ਹੈ। ਔਰ ਘਰ ਦੇ ਵਿੱਚ ਅਗਰ ਤੁਹਾਨੂੰ ਗਰਮੀ ਹੈ ਜ਼ਿਆਦਾ ਲੱਗਦੀ ਹੈਗੀ ਆ ਤਾਂ ਪੱਖੇ ਦਾ ਇੰਤਜ਼ਾਮ ਕਰ ਸਕਦੇ ਹੈਗੇ ਆ। ਤੁਸੀਂ
ਫ੍ਰੀਕੁਐਂਟ ਟੇਕਿੰਗ ਬਾਥ ਜਿਹੜਾ ਹੈਗਾ ਆ ਉਹ ਤੁਸੀਂ ਇਸਤੇਮਾਲ ਕਰ ਸਕਦੇ ਹੈਗੇ ਆ, ਤੁਸੀਂ ਆਪਣੇ ਸਪੰਜਿੰਗ ਵਗੈਰਾ ਕਰ ਸਕਦੇ ਹੈਗੇ ਆ ਬੋਡੀ ਦੇ ਉੱਤੇ, ਤਾਂ ਕਿ ਤੁਹਾਡੀ ਹੀਟ ਜਿਹੜੀ ਹੈਗੀ ਆ ਬੋਡੀ ਦੀ ਉਹ ਕੰਪਨਸੇਟ ਹੁੰਦੀ ਰਹੇ। ਪਾਣੀ ਦਾ ਇਸਤੇਮਾਲ ਤੁਸੀਂ ਘਰ ਦੇ ਵਿੱਚ ਵੀ ਜ਼ਿਆਦਾ ਕਰ ਸਕਦੇ ਹੈਗੇ ਆ, ਨਮਕ ਪਾ ਕੇ ਜਾਂ ਨਿੰਬੂ ਨਿਚੋੜ ਕੇ ਉਹਨੂੰ, ਜਾਂ ਹੋਰ ਤੁਸੀਂ ਬੈਵਰੇਜਸ ਜਿਹੜੀਆਂ ਹੈਲਦੀ ਬੈਵਰੇਜਸ ਹੈਗੀਆਂ ਆ ਜਿੱਦਾਂ ਜੂਸਿਸ ਹੈਗੇ ਆ ਉਹ ਲੈ ਸਕਦੇ ਹੈਗੇ ਆ, ਕੱਚੀ ਲੱਸੀ ਲੈ ਸਕਦੇ ਹੈਗੇ ਆ, ਲੱਸੀ ਜਿਹੜੀ ਆਪਣੀ ਘਰ ਦੀ ਲੱਸੀ ਹੁੰਦੀ ਆ ਉਹ ਲੈ ਸਕਦੇ ਹੈਗੇ ਆ, ਨਾਰੀਅਲ ਪਾਣੀ ਲੈ ਸਕਦੇ ਹੈਗੇ ਆ, ਇਸ ਤਰ੍ਹਾਂ ਦੀ ਓਆਰਐਸ ਵੀ ਇਸਤੇਮਾਲ ਕਰ ਸਕਦੇ ਹੈਗੇ ਆ, ਇਸ ਤਰ੍ਹਾਂ ਦੀ ਜਿਹੜੇ ਬੈਵਰੇਜਸ ਹੈਗੇ ਆ ਉਹ ਤੁਸੀਂ ਜ਼ਿਆਦਾ ਇਸਤੇਮਾਲ ਕਰ ਸਕਦੇ ਹੈਗੇ ਆ। ਔਰ ਇਹਦੇ ਵਿੱਚ ਇਹ ਹੈ ਕਿ ਜਿਹੜਾ ਖਾਣਾ ਹੈਗਾ ਤੁਹਾਡਾ ਉਹ ਬਹੁਤ ਲਾਈਟ ਹੋਣਾ ਚਾਹੀਦਾ ਹੈਗਾ, ਔਰ ਲਾਈਟ ਅਗਰ ਖਾਣਾ ਖਾਓਗੇ ਤੇ ਤੁਹਾਡੀ ਪੇਟ ਦੀ ਪਾਚਨ ਸ਼ਕਤੀ ਵੀ ਠੀਕ ਰਹੇਗੀ ਔਰ ਡਾਈਜੈਸਟਿਵ ਸਿਸਟਮ ਵੀ ਤੁਹਾਡਾ ਠੀਕ ਰਹੇਗਾ। ਫਿਰ ਤੁਹਾਡੀ ਸਲੀਪ ਹੈ, ਦੁਪਹਿਰ ਨੂੰ ਤੁਸੀਂ 1-1.5 ਘੰਟਾ ਨੀਂਦ ਦਾ ਵੀ ਲੈ ਸਕਦੇ ਹੈਗੇ ਆ, ਉਹਦੇ ਨਾਲ ਤੁਹਾਨੂੰ ਰੈਸਟ ਵੀ ਹੋ ਜਾਂਦੀ ਆ ਔਰ ਤੁਹਾਡੀ ਬੋਡੀ ਵੀ ਸ਼ਾਮ ਲਈ ਫਰੈਸ਼ ਹੋ ਜਾਂਦੀ ਹੈਗੀ ਆ। ਫਿਰ ਅਗਰ ਜਿਹੜੀ ਤੁਹਾਡੀ ਐਕਸਰਸਾਈਜ਼ ਹੈਗੀ ਆ ਉਹ ਐਕਸਰਸਾਈਜ਼ ਤੁਸੀਂ ਜਾਂ ਤਾਂ ਅਰਲੀ ਮਾਰਨਿੰਗ ਕਰ ਸਕਦੇ ਆ, ਜਾਂ ਤੁਸੀਂ ਜਦੋਂ ਟੈਂਪਰੇਚਰ ਥੋੜੀ ਘਟਦੀ ਆ ਸ਼ਾਮ ਨੂੰ ਉਸ ਵੇਲੇ ਕਰ ਸਕਦੇ ਹੈਗੇ ਆ। ਮੇਨਲੀ ਵਾਕਿੰਗ ਹੈਗੀ ਆ, ਵਾਕ ਕਰ ਸਕਦੇ ਹੈਗੇ ਆ, ਜਾਂ ਤੁਸੀਂ ਰੈਜ਼ਿਸਟੈਂਸ ਅਗਰ ਐਕਸਰਸਾਈਜ਼ ਵੀ ਕਰਨੀ ਆ ਤੁਸੀਂ ਏਸੀ ਦੇ ਥੱਲੇ ਵੀ ਕਰ ਸਕਦੇ ਹੈਗੇ ਆ, ਔਰ ਇਸ ਤਰ੍ਹਾਂ ਤੁਸੀਂ ਆਪਣੀ ਬੋਡੀ ਨੂੰ ਆਪਣੇ ਟੈਂਪਰੇਚਰ ਦੇ ਨਾਲ ਐਡਜਸਟ ਕਰ ਸਕਦੇ ਹੈਗੇ ਆ। ਜਦੋਂ ਤੁਹਾਡੀ ਬੋਡੀ ਇੱਕਦਮ ਤੁਹਾਡੀ ਐਡਜਸਟ ਹੋ ਗਈ ਹੈਗੀ ਆ ਤੇ ਫਿਰ ਤੁਹਾਡੀ ਬੋਡੀ ਨੂੰ ਗਰਮੀ ਦਾ ਕੋਈ ਅਸਰ ਨਹੀਂ ਹੁੰਦਾ ਕਿਉਂਕਿ ਗਰਮੀ ਲਈ ਉਹ ਐਕਲੀਮੇਟਾਈਜ਼ ਹੋ ਜਾਂਦੀ ਹੈ। ਇਹ ਕੁਛ ਇੱਕ ਗੱਲਾਂ ਸੀ ਜਿਹੜੀਆਂ ਕਿ ਗਰਮੀ ਦੇ ਵਿੱਚ ਤੁਹਾਡੇ ਲਈ ਬਹੁਤ ਜ਼ਰੂਰੀ ਹੋ ਜਾਂਦੀਆਂ ਹੈਗੀਆਂ ਆ, ਉਹਨਾਂ ਨੂੰ ਤੁਸੀਂ ਆਪਣੀ ਲਾਈਫ ਦੇ ਵਿੱਚ ਅਪਣਾ ਸਕਦੇ ਹੈਗੇ ਹੋ। ਜੀ ਸਰ, ਥੈਂਕ ਯੂ। ਤੇ ਸਰ, ਜਿਵੇਂ ਹੁਣ ਏਸੀ ਆ, ਜੇ ਆਪਾਂ ਏਅਰ ਕੰਡੀਸ਼ਨਰ ਦੀ ਗੱਲ ਕਰੀਏ, ਇਹ ਕਿੰਨਾ ਕੁ ਇੰਪੋਰਟੈਂਟ ਆ ਜਾਂ ਫਿਰ ਕੀ ਇਹ ਨਹੀਂ ਹੋਣਾ ਚਾਹੀਦਾ? ਨਹੀਂ, ਇੰਪੋਰਟੈਂਟ ਹੈ ਇਹ, ਅੱਜ ਕੱਲ ਸਾਡੀ ਇਹ ਇੱਕ ਤਰ੍ਹਾਂ ਦੀ ਇਹ ਲਗਜ਼ਰੀ ਹੈ ਔਰ ਇਹ ਲਗਜ਼ਰੀ ਕੋਈ ਗਲਤ ਨਹੀਂ ਹੈ। ਏਸੀ ਦੇ ਬਾਰੇ 'ਚ ਕਈ ਤਰ੍ਹਾਂ ਦੇ ਮਤਲਬ ਮਿਥਸ ਹੈਗੇ ਆ, ਏਸੀ ਠੀਕ ਹੈਗਾ, ਏਸੀ ਤੁਹਾਡੀ ਬੋਡੀ ਨੂੰ ਠੀਕ ਰੱਖਣ ਦੇ ਵਿੱਚ, ਟੈਂਪਰੇਚਰ ਨੂੰ ਠੀਕ ਰੱਖਣ ਦੇ ਵਿੱਚ ਬਹੁਤ ਸਹਾਈ ਹੁੰਦਾ ਹੈਗਾ ਆ, ਤੇ ਇਹ ਹੈ ਕਿ ਇਹਦੇ ਨਾਲ ਥੋੜੀ ਆਕਸੀਜਨ ਦੀ ਮਾਤਰਾ ਘਟ ਜਾਂਦੀ ਹੈਗੀ ਆ, ਪਰ ਉਹਦਾ ਕੋਈ ਇੰਨਾ ਫਰਕ ਨਹੀਂ ਪੈਂਦਾ ਤੁਹਾਨੂੰ, ਨਾ ਹੀ ਇਹ ਕੋਈ ਜ਼ਰੂਰੀ ਹੈ ਕਿ ਤੁਸੀਂ ਇੱਕਦਮ ਏਸੀ ਦੇ ਵਿੱਚੋਂ ਨਿਕਲ ਕੇ ਬਾਹਰ ਆਏ ਆ ਤਾਂ ਫਿਰ ਤੁਹਾਨੂੰ ਕੋਈ ਜ਼ਿਆਦਾ ਪ੍ਰੋਬਲਮ ਹੋ ਜਾਂਦੀ ਆ। ਇਹ ਸਿਰਫ ਇੱਕ ਤਰ੍ਹਾਂ ਦੇ ਵਹਿਮ ਹੈਗੇ ਆ, ਏਸੀ ਤੇ ਤੋਂ ਨਿਕਲਣ ਦੇ ਨਾਲ, ਬਾਹਰ ਨਿਕਲਣ ਦੇ ਨਾਲ ਤੁਹਾਡੀ ਬੋਡੀ ਇੰਨੀ ਐਡਜਸਟੇਬਲ ਹੈਗੀ ਆ, ਕੋਈ ਇੰਨਾ ਫਰਕ ਨਹੀਂ ਪੈਂਦਾ ਕਿ ਤੁਹਾਨੂੰ ਜ਼ਿਆਦਾ ਪ੍ਰੋਬਲਮ ਹੋਏਗੀ। ਵੰਸ ਇਨ ਏ ਵਾਈਲ ਅਗਰ ਤੁਹਾਡੀ ਇਮਿਊਨਿਟੀ ਇੰਨੀ ਲੋ ਹੈਗੀ ਆ ਤਾਂ ਤੁਹਾਨੂੰ ਕੋਈ ਵੀ ਮਤਲਬ ਬਿਮਾਰੀ ਘੇਰ ਸਕਦੀ ਹੈਗੀ ਆ, ਉਹ ਤਾਂ ਕਿਸੇ ਨੂੰ ਵੀ ਕਿਸੇ ਵੇਲੇ ਵੀ ਘੇਰ ਸਕਦੀ ਹੈਗੀ ਆ, ਸਿਰਫ ਇਮਿਊਨਿਟੀ ਦੀ ਗੱਲ ਹੈਗੀ ਆ। ਇੱਕ ਗੱਲ ਮੈਂ ਹੋਰ ਤੁਹਾਨੂੰ ਦੱਸਣੀ ਚਾਹਨਾ ਆ ਕਿ ਜਿਹੜੀ ਜਦੋਂ ਤੁਸੀਂ ਬਾਹਰ ਜਾਂਦੇ ਆ ਤੇ ਬਾਹਰ ਅਗਰ ਤੁਹਾਡੀ ਬੋਡੀ ਸਨ ਨੂੰ ਐਕਸਪੋਜ਼ ਹੁੰਦੀ ਆ, ਅਗਰ ਤੁਹਾਡੇ ਬੋਡੀ ਦੇ ਵਿੱਚ ਐਨਫ ਐਂਟੀਆਕਸੀਡੈਂਟਸ ਹੈਗੇ ਆ ਤੇ ਤੁਹਾਡੀ ਬਰਨਿੰਗ ਦੀ ਜਿਹੜੀ ਸਨ ਬਰਨ ਦੀ ਕਪੈਸਿਟੀ ਹੈਗੀ ਉਹ ਵੱਧ ਜਾਂਦੀ ਹੈ,
ਉਹਦਾ ਜਿਹੜਾ ਮਤਲਬ ਥਰਮੋਸਟੈਟ ਹੈ ਉਹ ਵੱਧ ਜਾਂਦਾ ਹੈਗਾ ਆ ਬਹੁਤ ਜ਼ਿਆਦਾ ਦੇਰ ਨਾਲ, ਫਿਰ ਤੁਹਾਡੀ ਬੋਡੀ ਬਰਨ ਹੁੰਦੀ ਆ, ਇਮੀਡੀਏਟਲੀ ਨਹੀਂ ਬਰਨ ਹੁੰਦੀ। ਮਤਲਬ ਜੇ ਨੋਰਮਲ ਆਦਮੀ ਦੇ ਵਿੱਚ ਕੋਈ 15 ਮਿੰਟਾਂ ਤੋਂ ਬਾਅਦ ਬੋਡੀ ਬਰਨ ਹੋ ਜਾਂਦੀ ਆ ਸਨ ਲਾਈਟ ਦੇ ਨਾਲ, ਤੇ ਅਗਰ ਤੁਹਾਡੇ ਬੋਡੀ ਦੇ ਵਿੱਚ ਐਨਫ ਐਂਟੀਆਕਸੀਡੈਂਟਸ ਹੈਗੇ ਆ ਤਾਂ ਉਹਨੂੰ ਟਾਈਮ ਲੱਗੇਗਾ, ਅੱਧਾ ਘੰਟਾ 1.5 ਘੰਟੇ ਬਾਅਦ ਬਰਨ ਹੋਏਗੀ। ਇਸ ਲਈ ਆਪਣੀ ਬੋਡੀ ਦੇ ਵਿੱਚ ਜਿਹੜੇ ਐਂਟੀਆਕਸੀਡੈਂਟਸ ਹੈਗੇ ਆ, ਫਾਈਟੋ ਨਿਊਟ੍ਰੀਐਂਟਸ ਹੈਗੇ ਆ, ਰੇਨਬੋ ਵੈਜੀਟੇਬਲਸ ਹੈਗੀਆਂ, ਰੇਨਬੋ ਫਰੂਟਸ ਹੈਗੇ ਆ, ਉਹਨਾਂ ਦਾ ਇਸਤੇਮਾਲ ਜ਼ਿਆਦਾ ਕਰਨਾ ਚਾਹੀਦਾ ਹੈਗਾ ਆ, ਤਾਂ ਕਿ ਤੁਹਾਡੇ ਜਿਹੜੇ ਐਂਟੀਆਕਸੀਡੈਂਟਸ ਬੋਡੀ ਦੇ ਵਿੱਚ ਹੈਗੇ ਆ, ਜਿਹੜੇ ਫਾਈਟਰਸ ਹੈਗੇ ਆ ਤੁਹਾਡੇ ਇਨਫਲੇਮੇਸ਼ਨ ਦੇ, ਫਾਈਟਰਸ ਹੈਗੇ ਆ ਤੁਹਾਡੇ ਜਰਮਸ ਦੇ, ਉਹ ਜ਼ਿਆਦਾ ਅਗਰ ਬੋਡੀ ਦੇ ਵਿੱਚ ਹੈਗੇ ਆ ਤਾਂ ਤੁਸੀਂ ਸਨਬਰਨ ਨੂੰ ਜ਼ਿਆਦਾ ਵਿਦਸਟੈਂਡ ਕਰ ਸਕਦੇ ਹੈਗੇ ਆ। ਸੋ ਏਸੀ ਦਾ ਵੀ ਕੋਈ ਐਸਾ ਗੱਲ ਨਹੀਂ ਹੈ, ਏਸੀ ਤੁਸੀਂ ਯੂਜ਼ ਕਰ ਸਕਦੇ ਹੋ ਔਰ ਇਹਦਾ ਲੁਤਫ ਵੀ ਲੈ ਸਕਦੇ ਹੋ, ਕੋਈ ਐਸੀ ਗੱਲ ਨਹੀਂ ਹੈ। ਠੀਕ ਹੈ। ਜਿਵੇਂ ਸਰ ਹੁਣ ਆਪਾਂ ਪਾਣੀ ਦੀ ਗੱਲ ਕਰੀਏ ਤਾਂ ਪਾਣੀ ਜੇ ਉਦਾਂ ਹੁਣ ਗਰਮੀਆਂ ਦੇ ਮੌਸਮ ਚ ਪੀ ਚੱਲੋ ਤਾਂ ਭੁੱਖ ਮਰ ਜਾਂਦੀ ਹੈ ਜਾਂ ਢਿੱਡ ਆਫਰ ਜਾਂਦਾ ਪਾਣੀ ਪੀ ਪੀ ਕੇ, ਤੇ ਇਹ ਮਤਲਬ ਹੁਣ ਇਹਦੇ ਵਿੱਚ ਕਹਿੰਦੇ ਕਿ ਪਾਣੀ ਘੱਟੋ ਘੱਟ ਵੀ 3 ਤੋਂ 4 ਲੀਟਰ ਜਾਂ 4 ਤੋਂ ਵੱਧ ਵੀ ਹੋ ਸਕਦਾ ਆ, ਤੇ ਪੀਣਾ ਠੀਕ ਹੈਗਾ ਜਾਂ ਕਿੰਨਾ ਕੁ ਤੁਹਾਡੇ ਹਿਸਾਬ ਨਾਲ ਪੀਣਾ ਚਾਹੀਦਾ? ਪਾਣੀ ਪੀਣਾ ਕੋਈ ਗਲਤ ਨਹੀਂ ਹੈ, ਇਹਦੇ ਵਿੱਚ ਪਾਣੀ ਦੀ ਪਿਆਸ ਲੱਗਦੀ ਹੈਗੀ ਆ, ਕਿਉਂਕਿ ਅੱਜ ਕੱਲ ਸਾਡੇ ਜਿਹੜਾ ਇਨਸੈਂਸੀਬਲ ਜਿਹਨੂੰ ਅਸੀਂ ਕਹਿੰਦੇ ਆ, ਪਰਸਪੀਰੇਸ਼ਨ ਹੁੰਦੀ ਰਹਿੰਦੀ ਆ ਹਮੇਸ਼ਾ ਹੀ। ਇਨਸੈਂਸੀਬਲ ਦਾ ਮਤਲਬ ਇਹ ਆ ਕਿ ਉਹ ਸਾਨੂੰ ਪਤਾ ਨਹੀਂ ਲੱਗਦਾ। ਸਾਡੀ ਬੋਡੀ ਨੂੰ ਕੂਲ ਰੱਖਣ ਦੇ ਲਈ ਜਿਹੜੀ ਪਰਸਪੀਰੇਸ਼ਨ ਹੈਗੀ ਆ ਉਹ ਲਗਾਤਾਰ ਹੁੰਦੀ ਰਹਿੰਦੀ ਆ ਔਰ ਲਗਾਤਾਰ ਹੀ ਅਵੈਪੋਰੇਸ਼ਨ ਹੁੰਦੀ ਰਹਿੰਦੀ ਹੈਗੀ ਆ। ਪਾਣੀ ਸਾਡੇ ਬੋਡੀ ਚੋਂ ਨਿਕਲੀ ਜਾਂਦਾ ਹਰ ਵੇਲੇ, ਉਹਨੂੰ ਕੰਪਨਸੇਟ ਕਰਨ ਦੇ ਲਈ ਸਾਨੂੰ ਜ਼ਰੂਰੀ ਆ ਕਿ ਅਸੀਂ ਪਾਣੀ ਦਾ ਇਸਤੇਮਾਲ ਕਰੀਏ ਔਰ ਉਹ ਪਾਣੀ ਜਿਹੜਾ ਹੈ ਅਗਰ ਉਹਦੇ ਜਦੋਂ ਪਸੀਨਾ ਨਿਕਲਦਾ ਉਹਦੇ ਨਾਲ ਲੂਣ ਵੀ ਨਿਕਲੀ ਜਾਂਦਾ ਹੈਗਾ। ਅਗਰ ਜਿਹੜਾ ਪਾਣੀ ਅਸੀਂ ਪੀਂਦੇ ਆ ਉਹਦੇ ਵਿੱਚ ਮਿਨਰਲਸ ਅਸੀਂ ਪਾ ਲੈਂਦੇ ਆ ਤੇ ਉਹ ਸਾਨੂੰ ਕੰਪਨਸੇਸ਼ਨ ਜਿਹੜੀ ਆ ਉਹ ਈਜ਼ੀਲੀ ਹੋ ਜਾਂਦੀ ਹੈਗੀ। ਦੂਸਰੀ ਗੱਲ ਇਹ ਹੈ ਕਿ ਪਾਣੀ ਪੀਣ ਦੇ ਨਾਲ ਭੁੱਖ ਨਹੀਂ ਮਰਦੀ, ਪਾਣੀ ਤੁਹਾਡੇ ਬੋਡੀ ਦੇ ਵਿੱਚ ਜਦੋਂ ਜਾਂਦਾ ਆ ਅੱਧੇ ਘੰਟੇ ਬਾਅਦ ਉਹ ਪਾਣੀ ਜਿਹੜਾ ਆ ਉਹ ਤੁਹਾਡੀ ਬੋਡੀ ਦੇ ਵਿੱਚੋਂ ਨਿਕਲ ਜਾਂਦਾ ਹੈ ਜਾਂ ਤੁਹਾਡੇ ਬੋਡੀ ਦੇ ਜਿਹੜੇ ਐਕਸਟਰਾ ਸੈਲੂਲਰ ਟਿਸ਼ੂ ਹੈਗੇ ਆ ਉਹਦੇ ਵਿੱਚ ਸਮਾ ਜਾਂਦਾ, ਤੁਹਾਡੇ ਪੇਟ ਦੇ ਵਿੱਚ ਨਹੀਂ ਰਹਿੰਦਾ। ਅੱਧੇ ਘੰਟੇ ਦੇ ਬਾਅਦ ਪਾਣੀ ਜਿਹੜਾ ਹੈਗਾ ਆ ਉਹ ਸਾਰਾ ਤੁਹਾਡੇ ਪੇਟ 'ਚੋਂ ਨਿਕਲ ਜਾਂਦਾ, ਪੇਟ 'ਚ ਨਹੀਂ ਹੁੰਦਾ, ਬਾਅਦ 'ਚ ਤੁਹਾਡਾ ਪੇਟ ਖਾਲੀ ਹੁੰਦਾ ਹੈਗਾ ਆ। ਗਰਮੀਆਂ ਦੇ ਵਿੱਚ ਭੁੱਖ ਕਿਉਂ ਨਹੀਂ ਲੱਗਦੀ? ਕਿਉਂਕਿ ਤੁਹਾਡੀ ਬੋਡੀ ਦੇ ਵਿੱਚ ਗਰਮੀਆਂ ਦੇ ਕਾਰਨ ਜਿਹੜੀ ਤੁਸੀਂ ਖੁਰਾਕ ਖਾਂਦੇ ਆ ਉਹ ਇਨਫੈਕਸ਼ੀਅਸ ਹੋ ਜਾਂਦੀ ਆ, ਉਹਦੇ ਨਾਲ ਲੋ ਗ੍ਰੇਡ ਇਨਫੈਕਸ਼ਨ ਜਿਹੜੀ ਤੁਹਾਡੇ ਪੇਟ ਦੇ ਵਿੱਚ ਰਹਿੰਦੀ ਹੈ ਨਾ ਭੁੱਖ ਹੋਣ ਦਾ ਕਾਰਨ ਉਹ ਇਨਫੈਕਸ਼ਨ ਹੈਗੀ ਆ, ਪਾਣੀ ਨਹੀਂ ਹੈ। ਜਿਹੜੀ ਲੋ ਗ੍ਰੇਡ ਇਨਫੈਕਸ਼ਨ ਅਗਰ ਪੇਟ ਦੇ ਵਿੱਚ ਹੈਗੀ ਆ ਉਹਨ ਬਲੋਟਿੰਗ ਵੀ ਕਰਨੀ ਆ, ਉਹਨ ਗੈਸ ਵੀ ਕਰਨੀ ਆ, ਉਹਨ ਪੇਨ ਵੀ ਕਰਨਾ ਆ, ਉਹਨ ਲੂਜ਼ ਮੋਸ਼ਨਸ ਵੀ ਕਰਨੇ ਆ, ਨੌਸ਼ੀਆ ਵੀ ਕਰਨਾ ਆ, ਵੋਮਿਟਿੰਗ ਵੀ ਕਰਨੀ ਹੈਗੀ ਆ, ਅਨਈਜ਼ੀਨੈਸ ਵੀ ਪੇਟ 'ਚ ਕਰਨੀ ਹੈਗੀ ਆ, ਉਹ ਪਾਣੀ ਦੇ ਨਾਲ ਕੋਈ ਤਲਕ ਨਹੀਂ ਹੈ। ਹਾਂ ਪਾਣੀ ਅਗਰ ਤੁਹਾਡਾ ਖਰਾਬ ਹੈਗਾ ਉਹ ਆਰ ਐਸ ਆਪਣਾ ਆਰਓ ਵਾਲਾ ਨਹੀਂ ਹੈ ਜਾਂ ਬੋਇਲਡ ਨਹੀਂ ਹੈ, ਪਾਣੀ ਤੁਹਾਡਾ ਨੋਰਮਲ ਹੈਗਾ ਆ ਜਿਹਦੇ ਵਿੱਚ ਇਨਫੈਕਸ਼ਨ ਜਰਮਸ ਹੈਗੇ ਆ ਜਾਂ ਬੈਕਟੀਰੀਆ ਹੈ ਜਾਂ ਟੂਟੀ ਦਾ ਪਾਣੀ ਜਿਹੜਾ ਕਿ ਜਿਹੜੇ ਪਾਈਪਸ ਹੈਗੇ ਆ ਉਹ ਸੀਵਰ ਦੇ ਵਿੱਚੋਂ ਵੀ ਲੰਘ ਕੇ ਆਉਂਦੇ ਹੈਗੇ ਆ ਜਾਂ ਉਹਦੇ ਵਿੱਚੋਂ ਸਾਰੀ ਇਨਫੈਕਸ਼ਨ ਜਿਹੜੀ ਹੈਗੀ ਆ ਹੋਈ ਹੋਈ ਹੈਗੀ ਆ, ਉਹ ਜਿਹੜਾ ਪਾਣੀ ਪੀਂਦੇ ਆ ਉਹਦੇ ਨਾਲ ਤੁਹਾਡੀ ਇਨਫੈਕਸ਼ਨ ਜਿਹੜੀ ਲੋ ਗ੍ਰੇਡ ਇਨਫੈਕਸ਼ਨ ਤੁਹਾਡੇ ਪੇਟ ਦੇ ਵਿੱਚ ਹੈਗੀ ਆ
ਉਹ ਕਾਰਨ ਬਣਦੀ ਹੈਗੀ ਆ ਤੁਹਾਡੇ ਖੁਰਾਕ ਦੇ ਵਿੱਚ ਕਮੀ ਦੇ ਕਾਰਨ, ਜਾਂ ਖੁਰਾਕ ਦੇ ਵਿੱਚ ਭੁੱਖ ਨਾ ਲੱਗਣ ਦੇ ਕਾਰਨ, ਬਲੋਟਿੰਗ ਦੇ ਕਾਰਨ, ਜਾਂ ਨੌਸ਼ੀਆ ਵੋਮਿਟਿੰਗ ਔਰ ਪੇਟ ਦਰਦ ਦਾ ਕਾਰਨ। ਪਾਣੀ ਦਾ ਕੋਈ ਐਸਾ ਨਹੀਂ ਹੈ, ਪਾਣੀ ਤਾਂ ਜਦੋਂ ਤੁਸੀਂ ਪੀਂਦੇ ਆ ਅੱਧੇ ਘੰਟੇ ਬਾਅਦ ਉਹ ਤੁਹਾਡਾ ਪੇਟ ਖਾਲੀ ਹੋ ਜਾਂਦਾ ਹੈਗਾ ਹੈ। ਜੇ ਸਾਫ਼ ਪਾਣੀ ਹੈਗਾ ਆ ਉਹਦਾ ਕੋਈ ਨੁਕਸਾਨ ਨਹੀਂ ਹੈ, ਉਹਦੇ ਵਿੱਚ ਤੁਸੀਂ ਇਲੈਕਟ੍ਰੋਲਾਈਟਸ ਪਾ ਕੇ ਜੇ ਤੁਸੀਂ ਪੀਂਦੇ ਆ ਤਾਂ ਉਹ ਦੈਟ ਇਜ਼ ਦਾ ਬੈਸਟ ਟ੍ਰੀਟਮੈਂਟ ਫਾਰ ਯੂਅਰ ਹੀਟ। ਜੀ, ਥੈਂਕ ਯੂ ਸਰ। ਤੇ ਸਰ, ਜਿਵੇਂ ਆਪਾਂ ਇੱਕ ਡਿਸਕਸ ਕੀਤਾ ਸੀ ਕਿ ਅੱਜ ਕੱਲ ਇੱਕ ਕੈਂਸਰ ਕੰਪੇਨ ਚੱਲਦੀ ਪਈ ਹੈ, ਤੇ ਉਹਦੇ ਚ ਦੱਸਿਆ ਗਿਆ ਸੀ ਕਿ ਜਿਹੜਾ ਪਾਣੀ ਆ ਨਾ, ਉਹ ਪਾਣੀ ਦੇ ਨਾਲ ਕੈਂਸਰ ਹੋ ਰਿਹਾ ਹੈ, ਤੇ ਕਿੰਨੀ ਕੁ ਸੱਚਾਈ ਹੈ ਇਹਦੇ ਵਿੱਚ? ਇਹ ਕੁਛ ਇੱਕ ਇਹਦੇ ਵਿੱਚ ਸੱਚਾਈ ਹੈ। ਪਾਣੀ ਜਿਹੜਾ ਸਾਡੇ ਮਤਲਬ ਡਾਇਰੈਕਟ ਅਸੀਂ ਪੀਂਦੇ ਹੈਗੇ ਆ, ਜਿਹੜਾ ਕਿ RO ਨਹੀਂ ਹੈ, ਕਿਉਂਕਿ ਸਾਡੇ ਜ਼ਮੀਨ ਦੇ ਵਿੱਚ ਬਹੁਤ ਸਾਰੇ ਪੈਸਟੀਸਾਈਡਸ ਕੈਮੀਕਲਸ ਜਿਹੜੇ ਆ ਅਸੀਂ ਖੇਤਾਂ ਦੇ ਵਿੱਚ ਪਾਉਂਦੇ ਆ, ਔਰ ਉਹ ਪੈਸਟੀਸਾਈਡਸ ਜਿਹੜੇ ਹੈਗੇ ਆ ਉਹ ਰਸ ਰਸ ਕੇ ਜ਼ਮੀਨ ਦੇ ਵਿੱਚ ਨੀਚੇ ਪਾਣੀ ਦੇ ਟੇਬਲ ਦੇ ਵਿੱਚ ਜਾ ਘੁਲਦੇ ਹੈਗੇ ਆ। ਉਹ ਪਾਣੀ ਜਦੋਂ ਅਸੀਂ ਡਾਇਰੈਕਟ ਨਲਕਿਆਂ ਰਾਹੀਂ ਜਾਂ ਟਿਊਬਵੈੱਲਾਂ ਰਾਹੀਂ ਉੱਪਰ ਕੱਢਦੇ ਹੈਗੇ ਆ ਤਾਂ ਉਹਦੇ ਵਿੱਚ ਉਹ ਕੈਮੀਕਲਸ ਵੀ ਹੁੰਦੇ ਹੈਗੇ ਆ। ਉਹ ਕੈਮੀਕਲਸ ਜਿਹੜੇ ਹੈਗੇ ਆ ਉਹ ਕਾਰਸੀਨੋਜੈਨਿਕ ਵੀ ਹੁੰਦੇ ਹੈਗੇ ਆ, ਔਰ ਉਹ ਸਾਡੇ ਸਰੀਰ ਦੇ ਵਿੱਚ ਜਾ ਕੇ ਲਗਾਤਾਰ ਜਦੋਂ ਅਸੀਂ ਉਹ ਪੀਂਦੇ ਰਹਿੰਦੇ ਆ। ਇਹ ਹਾਲਤ ਜਿਹੜੇ ਹੈਗੇ ਆ ਇੱਧਰ ਮਾਲਵੇ ਵੱਲ ਬਹੁਤ ਹੋਏ ਹੈਗੇ ਆ ਕਿ ਮਾਲਵੇ ਦਾ ਜਿਹੜਾ ਪਾਣੀ ਹੈਗਾ ਆ ਉਹਦੇ ਵਿੱਚ ਇੰਨੀ ਖਰਾਬੀ ਹੈਗੀ ਆ ਕਿ ਉਹਦੇ ਨਾਲ ਕੈਂਸਰ ਦੇ ਕੇਸ ਜਿਹੜੇ ਹੈਗੇ ਆ ਉਹ ਬਹੁਤ ਜ਼ਿਆਦਾ ਹੋ ਗਏ ਹੈਗੇ। ਅਗਰ ਤੁਸੀਂ RO ਵਾਲਾ ਪਾਣੀ, ਸਾਫ਼ ਪਾਣੀ ਪੀਂਦੇ ਹੈਗੇ ਆ ਤਾਂ ਉਹ ਜਿਹੜੇ ਕੈਮੀਕਲਸ ਹੈਗੇ ਆ ਉਹਨਾਂ ਤੋਂ ਛੁਟਕਾਰਾ ਪਾ ਕੇ ਤੁਸੀਂ ਪਾਣੀ ਪੀ ਸਕਦੇ ਹੈਗੇ ਆ। ਔਰ ਇਹ ਜਿਹੜੀ ਕੰਪੇਨ ਹੈਗੀ ਆ ਪਾਣੀ ਨੂੰ ਸਾਫ਼ ਕਰਕੇ ਪੀਣਾ ਇਹ ਬਹੁਤ ਜ਼ਰੂਰੀ ਉਹਨਾਂ ਇਲਾਕਿਆਂ ਦੇ ਵਿੱਚ ਹੈਗੀ ਹੈ। ਇਹ ਇੱਕ ਮਿਥ ਨਹੀਂ ਹੈ, ਇਹ ਇੱਕ ਰਿਐਲਿਟੀ। ਸਰ, ਥੈਂਕ ਯੂ। ਤੇ ਸਰ, ਇਹਦੇ ਵਿੱਚ ਇੱਕ ਹੋਰ ਚੀਜ਼ ਮੈਂ ਐਡ ਕਰੂੰਗੀ ਕਿ ਜਿਵੇਂ ਉਹਨਾਂ ਨੇ ਨਾ ਇੱਕ ORP ਔਰ ਐਲਕਲਾਈਨ ਕਿੱਟ ਕੱਢੀ ਹੈ, ਉਹਦੀ ਕੁਝ ਪ੍ਰਾਈਸ ਹੈਗੀ ਆ 200 ਰੁਪਏ, ਐਮਾਜ਼ੋਨ ਜਾਂ ਹੋਰ ਸਾਈਟਸ ਤੇ ਵੀ ਅਵੇਲੇਬਲ ਹੋਊਗੀ। ਤੇ ਉਹਦੇ ਨਾਲ ਉਹ ਕੀ ਕਰਦੇ ਕਿ ਪਾਣੀ ਦੀ ਐਲਕਲਿਟੀ ਜਾਂ ਆਕਸੀਡੈਂਟਸ ਜੋ ਵੀ ਆ ਉਹ ਪਤਾ, ਉਹਨਾਂ ਦੇ ਹਿਸਾਬ ਨਾਲ ਉਹ ਪਤਾ ਲੱਗਦੇ ਆ, ਜਿਵੇਂ ਕਿ ਕੁਝ ORP ਟੈਸਟ ਹੈ, ਅਗਰ ਉਹ ਕਹਿੰਦੇ ਕਿ ਪਾਣੀ ਪਿੰਕ ਹੋ ਜਾਏਗਾ ਤੇ ਇਟ ਮੀਨਸ ਉਹ ਠੀਕ ਹੈਗੇ ਆ, ਉਹਦੇ ਆਕਸੀਡੈਂਟਸ ਜਾਂ ਜੋ ਵੀ ਹੈ। ਤੇ ਐਲਕਲਾਈਨ ਹੈ, ਅਗਰ ਉਹ ਬਲੂ, ਪਰਪਲ, ਡਾਰਕ ਬਲੂ ਜਾਂਦਾ ਹੈ ਤਾਂ ਇਟ ਮੀਨਸ ਉਹ ਐਲਕਲਾਈਨ ਹੈ, ਔਰ ਅਗਰ ਉਹ ਗ੍ਰੀਨ ਵੱਲ ਨੂੰ ਜਾਂਦਾ ਹੈ, ਗ੍ਰੀਨ, ਯੈਲੋ, ਲਾਈਟ ਗ੍ਰੀਨ, ਤਾਂ ਇਟ ਮੀਨਸ ਉਹ ਪਾਣੀ ਜਿਹੜਾ ਖਰਾਬ ਹੈ। ਤੇ ਹੁਣ ਇਹਨਾਂ ਦੇ ਜਿਹੜੇ ਜਿਹੜਾ ਇਹ ਚੀਜ਼ ਹੈਗੀ ਆ, ਮਤਲਬ ਇਹ ਕਿੰਨੀ ਕੁ ਕਾਰਗਰ ਹੋ ਸਕਦੀ ਹੈ, ਜਿੱਦਾਂ ਜੇ ਆਪਾਂ, ਹਾਂਜੀ ਤੁਸੀਂ ਕੋਈ ਵੀ ਪਾਣੀ ਪੀਂਦੇ ਆ ਅਗਰ ਉਹਦੀ pH 7 ਹੈ ਤਾਂ ਉਹ ਪਿਓਰ ਪਾਣੀ ਹੈਗਾ ਆ। ਉਹ ਪਾਣੀ ਜਦੋਂ ਤੁਸੀਂ ਆਪਣੇ ਸਟਮਕ ਦੇ ਵਿੱਚ ਪਾਉਣਾ ਹੈਗਾ ਆ ਤਾਂ ਸਟਮਕ ਦੀ ਜਿਹੜੀ ਐਸਿਡਿਟੀ ਹੈ ਉਹਦੇ ਨਾਲ ਉਹ ਪਾਣੀ ਐਸਿਡ ਹੋ ਜਾਣਾ ਹੈ, ਔਰ ਉਹਦੀ ਐਸਿਡਿਟੀ ਜਿਹੜੀ ਹੈਗੀ ਆ ਉਹ ਡਿਲੂਟ ਹੋ ਜਾਣੀ ਆ ਔਰ ਉਹ ਐਸਿਡ ਟਾਈਪ ਹੋ ਜਾਣਾ। ਇਹੀ ਹਾਲਤ ਐਲਕਲਾਈਨ ਪਾਣੀ ਦਾ ਹੈਗਾ ਹੈ। ਜਿਹੜਾ ਤੁਸੀਂ ਸੋ ਕਾਲਡ ਐਲਕਲਾਈਨ ਪਾਣੀ ਪੀਣਾ ਆ ਜਦੋਂ ਉਹ ਪਾਣੀ ਤੁਹਾਡੇ ਸਟਮਕ ਦੇ ਵਿੱਚ ਜਾਣਾ ਆ ਤਾਂ ਸਟਮਕ ਦੇ ਵਿੱਚ ਤਾਂ ਐਸਿਡਿਟੀ ਹੈ, ਔਰ ਐਸਿਡ ਦੇ ਨਾਲ ਐਲਕਲਾਈਨ ਦਾ ਕੋਈ ਮੇਲ ਨਹੀਂ ਹੈ, ਉਹ ਪਾਣੀ ਐਲਕਲਾਈਨ ਰਹਿਣਾ ਨਹੀਂ ਹੈ।
ਠੀਕ ਹੈ ਨਾ, ਉਹ ਵੀ ਐਸਿਡ ਹੋ ਜਾਣਾ ਹੈਗਾ ਆ, ਕਿਉਂਕਿ ਐਲਕਲਾਈਨ ਪਾਣੀ ਜਿਹੜਾ ਤੁਸੀਂ ਪੀਣਾ ਆ ਉਹਦੀ ਐਲਕਲਾਈਨਿਟੀ ਤਾਂ ਤੁਹਾਡੀ 7 ਤੋਂ 8 ਹੋ ਜਾਏਗੀ, ਤੇ ਜਿਹੜਾ ਤੁਹਾਡਾ ਆਲਰੇਡੀ ਸਟੋਮਕ ਦੇ ਵਿੱਚ ਐਸਿਡ ਹੈਗਾ ਆ ਉਹ ਤੁਹਾਡਾ 1-2 ਦੇ ਕਰੀਬ ਹੈਗਾ ਆ ਉਹਦੀ ਪੀਐਚ, ਤੋਂ ਕਿੰਨਾ ਫਰਕ ਹੈਗਾ ਆ, ਤੇ ਉਹ ਤਾਂ ਡੈਫੀਨੇਟਲੀ ਐਸਿਡ ਤਾਂ ਨੈਚੁਰਲੀ ਹੋ ਜਾਣਾ ਹੈਗਾ ਆ, ਉਹਦਾ ਤੁਹਾਡੇ ਸਰੀਰ ਦੇ ਵਿੱਚ ਕੋਈ ਮੇਰਾ ਖਿਆਲ ਆ ਕਿ ਇਫੈਕਟ ਨਹੀਂ ਹੋਣਾ, ਕਾਮਨ ਸੈਂਸ ਦੀ ਗੱਲ ਹੈਗੀ ਆ ਇਹਦੇ ਚ ਵੀ ਇਹਦੇ ਸਰ ਵਿੱਚ। ਸੋਰੀ ਇਹਦੇ ਵਿੱਚ ਵੀ ਸਰ ਉਹਨਾਂ ਨੇ ਦੱਸਿਆ ਕਿ 7, 8, 9, ਨਹੀਂ ਤਾਂ ਜੇ 7 ਤੁਹਾਡਾ, 7 ਤੋਂ ਉਹਨਾਂ ਨੇ ਇੱਕ ਤੁਹਾਡਾ ਲਾਈਟ ਬਲੂ ਕਲਰ ਦਾ ਸ਼ੁਰੂ ਕੀਤਾ ਹੁੰਦਾ ਆ ਕਿ 7 ਮੀਨਸ ਠੀਕ ਹੈ, 8, 9, 10 ਅੱਗੇ, ਮਤਲਬ ਜਿੰਨਾ ਡਾਰਕ ਬਲੂ ਹੁੰਦਾ ਜਾਊਗਾ ਇਟ ਮੀਨਸ ਤੁਹਾਡਾ ਪਾਣੀ ਉਹ ਹਲਕਾ। ਐਲਕਲਿਨਿਟੀ ਜ਼ਿਆਦਾ ਹੋਏਗੀ ਨਾ, ਹਾਂਜੀ ਜੇ ਹਾਂਜੀ ਐਲਕਲਿਨਿਟੀ ਜ਼ਿਆਦਾ ਹੈਗੀ ਆ ਤਾਂ, ਪਰ ਸਾਡੇ ਸਟਮਕ ਦੇ ਵਿੱਚ ਵੀ ਐਸਿਡਿਟੀ ਜ਼ਿਆਦਾ ਆ, ਉਹਦੇ ਵਿੱਚ ਹੋ ਜਾਂਦੀ ਆ 5 ਹੋ ਜਾਂਦੀ, 4 ਹੋ ਜਾਂਦੀ, 3 ਹੋ ਜਾਂਦੀ, 2 ਤਾਂ 2-1 ਤੇ ਸਾਡਾ ਸਟਮਕ ਹੈਗਾ ਆ, ਤੇ ਨੈਚੁਰਲੀ ਉਹਨੂੰ ਕੰਪਨਸੇਟ ਹੋ ਜਾਏਗਾ, ਬਿਲਕੁਲ ਡਾਇਰੈਕਟ ਤਾਂ ਸਾਡੇ ਬਲੱਡ 'ਚ ਨਹੀਂ ਜਾਣਾ ਨਾ ਐਲਕਲਿਨ, ਉਹ ਜਾਣਾ ਤਾਂ ਸਟਮਕ ਦੇ ਥਰੂ ਆ, ਜਦੋਂ ਬਿਲਕੁਲ ਸਟਮਕ ਦੇ ਵਿੱਚ ਪਾਣੀ ਹੋ ਜਾਏਗਾ ਤਾਂ ਉਹ ਐਸਿਡ ਵੈਸੇ ਹੀ ਬਣ ਗਿਆ, ਐਲਕਲਿਨਿਟੀ ਉਹਦੀ ਖਤਮ ਹੈਗੀ ਆ, ਹਾਂਜੀ ਹਾਂਜੀ ਪੀਓ ਜਾਂ ਨਾ ਪੀਓ ਉਹਦਾ ਕੋਈ ਫਾਇਦਾ ਨਹੀਂ ਹੈ, ਕਾਮਨ ਸੈਂਸ ਹੈ, ਦਿਸ ਇਜ਼ ਕਾਮਨ ਸੈਂਸ। ਜੀ, ਬਟ ਉਹ ਇਦਾਂ ਲੋਕਾਂ ਨੂੰ ਮਤਲਬ ਗੁੰਮਰਾਹ ਕਹਿ ਲਓ ਜਾਂ ਦੈਟ ਇਜ਼ ਜੀ ਨਾਨਸੈਂਸ, ਨਾਨਸੈਂਸ, ਉਹ ਨਹੀਂ ਕੋਈ ਜੀ ਗੱਲ। ਜੀ ਤੇ ਫਿਰ ਉਹਨਾਂ ਨੇ ਇੱਕ ਹੋਰ ਇਹਦੇ ਵਿੱਚ ਕੀ ਕੀਤਾ ਕਿ ਜੇਕਰ ਇਦਾਂ ਨਹੀਂ ਆਉਂਦਾ ਜਿੱਦਾਂ ਓਆਰਪੀ ਟੈਸਟ ਵੀ ਫੇਲ ਹੋ ਜਾਂਦਾ, ਐਲਕਲਾਈਨ ਟੈਸਟ ਸਾਡਾ ਫੇਲ ਹੋ ਜਾਂਦਾ, ਤੇ ਫਿਰ ਉਹ ਇੱਕ ਕਿੱਟ ਦਿੰਦੇ ਆ, ਉਹ ਪਤਾ ਨਹੀਂ ਆਈ ਥਿੰਕ 20,000-1,200 ਤੱਕ ਦੀ ਕਿੱਟ ਹੈਗੀ ਆ, ਤੋਂ ਜ਼ਿਆਦਾ ਵੀ ਹੋਣੀ ਹੈ, ਤੇ ਉਹ ਮਤਲਬ ਉਹ ਕਹਿੰਦੇ ਤੁਹਾਡੇ ਆਰਓ ਦੇ ਵਿੱਚ ਇਹ ਲੱਗ ਜੂਗੀ, ਤੇ ਉਸ ਤੋਂ ਬਾਅਦ ਤੁਹਾਡਾ ਜਿਹੜਾ ਪਾਣੀ ਆ ਉਹ ਮਤਲਬ ਓਆਰਪੀ ਕੋਈ ਦਾ। ਵੀ ਪਾਣੀ ਜਿਹੜਾ ਹੈਗਾ ਆ 7 ਜਿਹੜਾ ਹੈ ਉਹਦੀ ਪੀਐਚ ਹੈਗੀ ਆ ਉਹ ਹੀ ਸਾਡੇ ਲਈ ਠੀਕ ਹੈਗਾ ਆ, ਕਿਉਂਕਿ ਬਾਕੀ ਚੀਜ਼ਾਂ ਸਾਡੇ ਸਟਮਕ ਨੇ ਸਭ ਕੁਝ ਕਰੀ ਜਾਣੀਆਂ ਹੈਗੀਆਂ, ਜੀ ਜੋ ਜੀ ਇਹਦੀ ਪੀਐਚ ਲੋਡ ਹੈਗੀ ਆ ਉਹ ਇਹਦੀ ਪੀਐਚ ਨੂੰ ਕਰੀ ਜਾਣਾ, ਜੋ ਸਾਡੀ ਡੂਡੇਨਮ ਦੀ ਪੀਐਚ ਦੀ ਲੋਡ ਹੈਗੀ ਆ ਓਨ ਕਰੀ ਜਾਣੀ ਆ, ਜੈਜੂਨਮ ਦੀ ਪੀਐਚ ਆ ਓਨ ਕਰੀ ਜਾਣੀ ਹੈਗੀ ਆ, ਇੰਟੈਸਟਾਈਨਸ ਦੀ ਜਿਹੜੀ ਹੈਗੀ ਅੱਗੇ ਪੀਐਚ ਹੈਗੀ ਉਹ ਆਪਣੇ ਆਪ ਹੀ ਵਧੀ ਘਟੀ ਜਾਂਦੀ ਹੈਗੀ ਆ, ਸਾਨੂੰ ਬਾਹਰੋਂ ਕਰਨ ਦੀ ਕੋਈ ਲੋੜ ਨਹੀਂ ਹੈ, ਸਾਨੂੰ ਬਾਹਰੋਂ ਸਿਰਫ ਤੇ ਸਿਰਫ ਪਿਓਰ ਤੇ ਇਨਫੈਕਸ਼ਨ ਫ੍ਰੀ ਜਿਹੜਾ ਹੈਗਾ ਆ ਪਾਣੀ ਪੀਣਾ ਚਾਹੀਦਾ। ਜੀ, ਥੈਂਕ ਯੂ ਸਰ। ਤੇ ਸਰ ਇੱਕ ਤੁਸੀਂ ਵੀ ਦੱਸ ਦਿੰਦੇ ਕਿ ਪਾਣੀ ਚ ਮਤਲਬ ਹਲਦੀ ਪਾਊਡਰ ਜਿਹੜਾ ਟਰਮਰਿਕ ਪਾਊਡਰ ਆ ਉਹ ਐਡ ਕਰਕੇ ਉਹਦੀ ਐਲਕਲਿਟੀ ਜਿਹੜੀ ਪਤਾ ਕੀਤੀ ਜਾ ਸਕਦੀ ਆ, ਉਹ ਤੁਸੀਂ ਇੱਕ ਵਾਰ ਸਾਨੂੰ ਸਮਝਾ ਦਿਓ ਕਿਵੇਂ। ਉਹਦੀ ਐਲਕਲਿਨਿਟੀ ਨਹੀਂ, ਉਹਦੇ ਵਿੱਚ ਜਿਹੜੀਆਂ ਮਤਲਬ ਜ਼ਿਆਦਾ ਟੌਕਸਿਕ ਚੀਜ਼ਾਂ ਹੈਗੀਆਂ ਜਾਂ ਆਕਸੀਡੈਂਟ ਜ਼ਿਆਦਾ ਹੈਗੇ ਆ ਉਹ ਪਤਾ ਕੀਤੇ ਜਾ ਸਕਦੇ, ਤੁਸੀਂ ਅਗਰ ਨੋਰਮਲ ਪਾਣੀ ਲਓਗੇ ਜਿਹੜਾ ਆਰਓ ਵਾਲਾ ਆ ਉਹਦੇ ਵਿੱਚ ਅਗਰ ਤੁਸੀਂ ਹਲਦੀ ਪਾਓਗੇ ਤਾਂ ਉਹ ਪੀਲੇ ਦਾ ਪੀਲਾ ਰਹੇਗਾ, ਅਗਰ ਤੁਸੀਂ ਉਹੀ ਪਾਣੀ ਟੂਟੀ ਦਾ ਲਓਗੇ ਤਾਂ ਉਹਦੇ ਵਿੱਚ ਹਲਦੀ ਪਾ ਕੇ ਦੇਖੋਗੇ ਤਾਂ ਉਹ ਲਾਲ ਹੋ ਜਾਏਗਾ, ਜੀ ਇਹਦਾ ਮਤਲਬ ਆ ਕਿ ਟੂਟੀ ਵਾਲਾ ਪਾਣੀ ਜਿਹੜਾ ਹੈਗਾ ਆ ਉਹਦੇ ਵਿੱਚ ਆਕਸੀਡੈਂਟਸ ਹੈਗੇ ਆ, ਜੀ ਕੈਮੀਕਲਸ ਹੈਗੇ ਆ ਜਿਹੜੇ ਕਿ ਸਾਡੇ ਨੁਕਸਾਨ ਕਰਨਗੇ, ਤੇ ਆਰਓ ਵਾਲੇ ਪਾਣੀ ਦੇ ਵਿੱਚ ਕੁਝ ਵੀ ਨਹੀਂ ਹੈ, ਇਸ ਲਈ ਉਹ ਜਿਹੜਾ ਹਲਦੀ ਹੈਗੀ ਉਹ ਪੀਲੇ ਦੀ ਪੀਲੀ ਉਦਾਂ ਦੀ ਰਹੇਗੀ, ਇਹ ਤੁਸੀਂ ਘਰ ਵੀ ਆਪਣੇ ਕਰ ਸਕਦੇ ਹੈਗੇ ਆ। ਜੀ ਠੀਕ ਹੈ, ਥੈਂਕ ਯੂ ਸਰ। ਤੇ ਫਿਰ ਸਰ ਤੁਹਾਡੇ ਹਿਸਾਬ ਨਾਲ ਜਿਹੜਾ ਮਤਲਬ ਆਰਓ ਦਾ ਪਾਣੀ ਜਿਹੜਾ ਬੈਸਟ ਆ, ਜੇ ਆਪਾਂ ਤਾਜ਼ੇ ਟੂਟੀਆਂ ਦੀ ਗੱਲ ਕਰੀਏ, ਮੋਟਰ ਦੀ ਗੱਲ ਕਰੀਏ।
ਉਹ ਸਾਨੂੰ ਆ ਜਿਹੜਾ ਨੁਸਖਾ ਤੁਸੀਂ ਹੋਮ ਰੈਮੇਡੀ ਦੱਸੀ ਆ, ਉਹ ਚੈੱਕ ਦੀ ਆਕਸੀਡੈਂਟਸ ਆਫ ਵਾਟਰ, ਤੇ ਉਹਦੇ ਵਿੱਚ ਆਪਾਂ ਇਹ ਚੈੱਕ ਕਰਕੇ ਪਤਾ ਲਗਾ ਸਕਦੇ ਕਿ ਕਿਹੜਾ ਪਾਣੀ ਸਾਨੂੰ ਬੈਸਟ ਆ ਰਿਹਾ ਹੈ। ਠੀਕ ਹੈ। ਜੀ, ਤੇ ਹੁਣ ਦੇ ਟਾਈਮ 'ਚ ਜੇ ਸਰ ਆਪਾਂ ਗੱਲ ਕਰੀਏ, ਜਿਹੜੇ ਖੂਹ ਹੈ ਜਾਂ ਟਿਊਬਵੈਲ ਹੈ, ਤੇ ਇਹਨਾਂ ਦਾ ਪਾਣੀ ਦਾ ਤਲਾਸ਼ ਕਰਨਾ ਮੇਰੇ ਹਿਸਾਬ ਨਾਲ ਸੰਭਵ ਹੋ ਗਿਆ ਹੈ ਜੇ ਆਪਾਂ ਗੱਲ ਕਰੀਏ ਪਰ ਤਾਂ। ਅੱਜ ਕੱਲ ਉਹਨਾਂ ਦੇ ਵਿੱਚ ਵੀ ਜਿਹੜਾ ਥੱਲਿਓਂ ਸੀਪ ਕਰਕੇ ਇਹ ਪਾਣੀ ਆਉਂਦਾ ਹੈਗਾ ਆ, ਜਿਹੜੇ ਅਸੀਂ ਪੈਸਟੀਸਾਈਡਸ ਵਗੈਰਾ ਆਪਣੀਆਂ ਜ਼ਮੀਨਾਂ ਦੇ ਵਿੱਚ ਪਾਉਨੇ ਆ, ਉਹ ਸਾਰਾ ਟੇਬਲ ਦੇ ਵਿੱਚ ਥੱਲੇ ਆ ਗਿਆ ਹੈਗਾ ਆ। ਉਹਨਾਂ 'ਚ ਵੀ ਇਹ ਉਹੀ ਪਾਣੀ ਜਿਹੜਾ ਟਿਊਬਵੈਲਾਂ ਵਾਲਾ ਪਾਣੀ ਹੈ, ਉਹੀ ਸਾਡੇ ਇਹ ਘਰਾਂ ਦੇ ਵਿੱਚ ਮਤਲਬ ਪਾਈਪਾਂ ਦੁਆਰਾ ਆਉਂਦਾ ਹੈਗਾ ਆ, ਉਹੋ ਹੀ ਅਸੀਂ ਵਰਤਦੇ ਹੈਗੇ ਆ ਨੋਰਮਲੀ, ਔਰ ਉਹਦੇ ਵਿੱਚ ਹੀ ਆਕਸੀਡੈਂਟਸ ਜਿਹੜੇ ਹੈਗੇ ਆ ਜਾਂ ਕੈਮੀਕਲਸ ਹੈ ਅਸੀਂ ਪਾਉਨੇ ਹੈਗੇ ਆ। ਹਾਂ ਇਸੇ ਕਰਕੇ ਜ਼ਰੂਰਤ ਹੁੰਦੀ ਹੈ ਸਾਨੂੰ ਆਰਓ ਯੂਜ਼ ਕਰਨ ਦੀ। ਆਰਓ ਦਾ ਵਿੱਚ ਇਹ ਹੈ ਕਿ ਆਰਓ ਦੇ ਵਿੱਚ ਜਿਹੜੇ ਅਸੀਂ ਮਿਨਰਲਸ ਹੈਗੇ ਆ ਉਹ ਬਿਲਕੁਲ ਕੱਢ ਲੈਂਦੇ ਹੈਗੇ ਆ। ਮੇਨ ਮਿਨਰਲ ਉਹਦੇ ਵਿੱਚ ਜਿਹੜੇ ਸੋਡੀਅਮ, ਪੋਟਾਸ਼ੀਅਮ ਵਗੈਰਾ, ਕੈਲਸ਼ੀਅਮ ਹੈਗਾ, ਉਹ ਤਾਂ ਸਾਨੂੰ ਖੁਰਾਕ ਦੇ ਵਿੱਚੋਂ ਆਮ ਮਿਲ ਜਾਂਦੇ ਹੈਗੇ ਆ। ਮੇਨ ਜਿਹੜੀ ਪ੍ਰੋਬਲਮ ਹੁੰਦੀ ਉਹ ਮੈਗਨੀਸ਼ੀਅਮ ਦੀ ਹੁੰਦੀ ਹੈਗੀ ਆ। ਮੈਗਨੀਸ਼ੀਅਮ ਤੁਸੀਂ ਬਾਹਰੋਂ ਐਡ ਕਰ ਸਕਦੇ ਹੈਗੇ ਆ ਆਪਣੇ ਆਰਓ ਦੇ ਵਿੱਚ, ਤੇ ਉਹਨੂੰ ਤੁਸੀਂ ਪੀਣ ਯੋਗ ਪੂਰੀ ਤਰ੍ਹਾਂ ਬਣਾ ਸਕਦੇ ਆ ਔਰ ਉਹਦਾ ਫਾਇਦਾ ਤੁਸੀਂ ਲੈ ਸਕਦੇ ਹੋ। ਸਰ, ਆਉਣ ਵਾਲੇ ਸਮੇਂ 'ਚ ਜਿਨ੍ਹਾਂ ਦੇ ਮੰਨ ਲਓ ਆਰਓ ਹੱਲੇ ਵੀ ਬਹੁਤ ਸਾਰੇ ਇਦਾਂ ਦੇ ਲੋਕੀ ਜਿਨ੍ਹਾਂ ਦੇ ਆਰਓ ਨਹੀਂ ਲੱਗੇ ਹੋਏ, ਮਤਲਬ ਸਿੰਪਲ ਹੀ ਪਾਣੀ ਪੀ ਰਹੇ ਹੈਗੇ ਆ, ਤੇ ਇਹਦਾ ਜਿਹੜਾ ਅਸਰ ਆ ਆਉਣ ਵਾਲੇ ਸਮੇਂ ਦੇ ਵਿੱਚ, ਤੁਹਾਨੂੰ ਕੀ ਲੱਗਦਾ ਵੀ ਇਹ ਖਰਾਬ ਕਰੂਗਾ 100%? ਕੀ ਸੁਝਾਅ ਆ ਤੁਹਾਡੇ ਇਹਦੇ ਲਈ? ਇਹ ਜਿਹੜਾ ਪਾਣੀ ਦੀਆਂ ਲੋ ਗ੍ਰੇਡ ਇਨਫੈਕਸ਼ਨਸ ਜਿਹੜੀਆਂ ਹੈਗੀਆਂ ਆ ਉਹ ਵੀ ਹੋ ਜਾਂਦੀਆਂ ਆ, ਔਰ ਲੋ ਗ੍ਰੇਡ ਜਿਹੜਾ ਸਾਡਾ ਆਕਸੀਡੈਂਟ ਲੈਵਲ ਹੈਗਾ ਆ ਉਹ ਵੀ ਵਧੀ ਜਾਂਦਾ ਆ, ਔਰ ਲੋ ਗ੍ਰੇਡ ਸਾਨੂੰ ਹਰ ਰੋਜ਼ ਹੀ ਉਹਦੇ ਇਫੈਕਟਸ ਜਿਹੜੇ ਆ ਉਹ ਝੱਲਣੇ ਪੈਣੇ ਆ। ਸਾਡੀ ਬੋਡੀ ਕੰਪਨਸੇਟ ਕਰਦੀ ਹੈਗੀ ਆ, ਜਦੋਂ ਕੰਪਨਸੇਟ ਕਰਨਾ ਬੰਦ ਕਰ ਦੇਗੀ ਤਾਂ ਫਿਰ ਨੇਚਰਲੀ ਸਾਨੂੰ ਹੋਰ ਬਿਮਾਰੀਆਂ ਵੀ ਲੱਗਣਗੀਆਂ। ਜੀ, ਮੇਰੇ ਹਿਸਾਬ ਨਾਲ ਜਿਹੜੇ ਆਹ ਕੈਂਪੇਨਸ ਚਲਾ ਰਹੇ ਹੈ, ਇਹਦੇ ਵਿੱਚ ਕੁਝ ਇਦਾਂ ਦਾ ਕੈਂਪੇਨ ਵੀ ਹੋਣਾ ਚਾਹੀਦਾ ਕਿ ਜਿਹੜੇ ਲੋਕੀ ਨਹੀਂ ਮਤਲਬ ਪ੍ਰੋਪਰ ਅਫੋਰਡ ਕਰ ਸਕਦੇ ਆਰਓ ਨੂੰ, ਵੈਸੇ ਤਾਂ ਨੋਰਮਲ ਚਲੋ ਜਿਹੜੇ ਕਰ ਸਕਦੇ ਆ ਉਹਨਾਂ ਨੇ ਤਾਂ ਕੀਤਾ ਹੀ ਹੈ, ਜਿਹੜੇ ਨਹੀਂ ਕਰ ਸਕਦੇ ਮੇਰੇ ਹਿਸਾਬ ਨਾਲ ਉਹਨਾਂ ਲਈ ਕੋਈ ਕੰਪੇਨ ਚਲਾਉਣੀ ਚਾਹੀਦੀ ਆ ਕਿ ਉਹ ਜਿੰਨਾ ਦੇ ਸਕਦੇ ਆ ਉਹਨਾਂ ਦੇ ਹਿਸਾਬ ਨਾਲ ਬਾਕੀ ਉਹਨਾਂ ਨੂੰ। ਆਰਓ ਆਰਓ ਸਿਸਟਮ ਜਿਹੜੇ ਹੈ ਮੁਹੱਲਿਆਂ ਦੇ ਵਿੱਚ ਜਾਂ ਜਿਸ ਤਰ੍ਹਾਂ ਅੱਗੇ ਵਾਟਰ ਕੂਲਰ ਲਾਉਂਦੇ ਹੈ ਉਹਨਾਂ ਦੇ ਵਿੱਚ ਆਰਓ ਸਿਸਟਮ ਜਿਹੜਾ ਹੈ ਫਿੱਟ ਕਰਕੇ ਲਾਉਣਾ ਚਾਹੀਦਾ ਹੈਗਾ ਆ ਜਿੱਥੇ ਅਵੇਲੇਬਿਲਿਟੀ ਘੱਟ ਹੈ। ਜੀ, ਥੈਂਕ ਯੂ ਸਰ। ਤੇ ਸਰ ਇਹਦੇ ਲਈ ਮਤਲਬ ਕਿ ਤੁਸੀਂ ਕੋਈ ਇਦਾਂ ਦੇ ਫਿਲਹਾਲ ਕੋਈ ਇਦਾਂ ਦਾ ਸੋਲਿਊਸ਼ਨ ਹੋਵੇ ਕਿ ਘਰ ਦੇ ਵਿੱਚ ਜਿਹੜੇ ਲੋਕੀ ਅਪਣਾ ਸਕਣ ਜਿਨ੍ਹਾਂ ਦੇ ਹੱਲੇ ਆਰਓ ਨਹੀਂ ਹੈਗੇ, ਕਿ ਉਹ ਉਹ ਪਾਣੀ ਬੋਇਲ ਪੀ ਕਰਕੇ, ਲਓ? ਹਾਂਜੀ, ਠੀਕ ਬੋਇਲ ਕਰਕੇ ਪੀ ਸਕਦੇ ਆ। ਬੋਇਲ ਬੋਇਲ ਕਰਕੇ ਹੈ। ਤੇ ਨਾਲ ਸਰ ਜੇ ਪਾਣੀ ਇਹਦੇ ਬੋਇਲ ਕਰਕੇ ਜਿਹੜੇ ਜਿਹੜੇ ਵੋਲੇਟਾਈਲ ਕੈਮੀਕਲਸ ਹੁੰਦੇ ਆ ਉਹ ਵਿੱਚੋਂ ਨਿਕਲ ਜਾਂਦੇ ਹੈਗੇ ਆ, ਜਾਂ ਜਿਹੜੇ ਦੂਸਰੇ ਕੈਮੀਕਲਸ ਆ ਉਹ ਥੱਲੇ ਬਹਿ ਜਾਂਦੇ ਹੈਗੇ ਆ, ਤੇ ਪਾਣੀ ਜਿਹੜਾ ਬੋਇਲਡ ਹੈਗਾ ਆ ਉਹ ਤੁਸੀਂ ਪੀ ਸਕਦੇ ਹੈਗੇ ਆ। ਉਹ ਇਜ਼ੀ ਤਰੀਕਾ ਜਿਹੜਾ ਹੈਗਾ ਉਹ ਇਹ ਹੈ, ਮੇਰੇ ਉਹਦੇ ਨਾਲ ਸਾਹਮਣੇ। ਜਰਮਸ ਵੀ ਮਰ ਜਾਂਦੇ ਆ, ਜੀ 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 ਜਰਮਸ ਅਗਰ ਹੁੰਦੇ ਆ, ਵਾਇਰਸਿਸ ਹੁੰਦੇ ਆ, ਉਹ ਵੀ ਕਾਫੀ ਹੱਦ ਤੱਕ ਖਤਮ ਹੋ ਜਾਂਦੇ। ਹਾਂਜੀ ਹਾਂਜੀ ਸਰ, ਹਾਂਜੀ। ਤੇ ਇਹਦੇ ਵਿੱਚ ਸਰ ਆਪਾਂ ਹਲਦੀ ਵੀ ਐਡ ਕਰ ਸਕਦੇ ਚੁਟਕੀ ਜਦੋਂ ਬੋਇਲ ਕਰਦੇ ਪਾਣੀ, ਕੇ ਸਿੰਪਲ? ਨਹੀਂ ਉਹ ਤਾਂ ਤੁਸੀਂ ਡੈਫੀਨੇਟਲੀ ਅਗਰ ਤੁਸੀਂ ਜਿੱਦਾਂ ਆਪਣਾ ਕਨਕੋਕਸ਼ਨ ਲੈਨੇ ਹੈਗੇ ਆ, ਕਾੜਾ ਬਣਾਉਣੇ ਹੈਗੇ ਆ, ਉਹਦੇ ਵਿੱਚ 1 ਚਮਚ ਤੁਸੀਂ ਅਗਰ ਹਲਦੀ ਦਾ ਲੈ ਲੈਨੇ ਹੋ ਤਾਂ ਦੈਟ ਇਜ਼ ਵੈਰੀ ਗੁੱਡ।
ਤੇ ਸਰ ਥੋੜੀ ਜੀ ਕਾਲੀ ਇਨ ਮਿਰਚ ਔਰ ਹਲਦੀ ਪਾ ਕੇ ਤੁਸੀਂ ਕਾੜਾ ਲੈ ਸਕਦੇ ਹੈਗੇ। ਜੀ ਥੈਂਕ ਯੂ ਸਰ। ਤੇ ਸਰ ਜਿਹੜਾ ਹੁਣ ਇਹਨਾਂ ਦਿਨਾਂ ਦੇ ਵਿੱਚ ਸਟਮਕ ਦੀ ਇਨਫੈਕਸ਼ਨ ਹੁੰਦੀ ਪਈ ਆ, ਇਹਦਾ ਕੀ ਕਾਰਨ ਹੈ? ਕੋਈ ਗਰਮੀ ਕਰਕੇ ਹੋ ਰਹੀ ਹੈ ਜਾਂ? ਇਹ ਗਰਮੀ ਦੇ ਵਿੱਚ ਕੋਈ ਵੀ ਚੀਜ਼ ਅਸੀਂ ਰੱਖਦੇ ਹੈਗੇ ਆ ਤਾਂ ਉਹਦੇ ਵਿੱਚ ਫਰਮੈਂਟੇਸ਼ਨ ਜਿਹੜੀ ਹੈਗੀ ਆ ਉਹਦਾ ਰੇਟ ਵੱਧ ਜਾਂਦਾ ਹੈਗਾ। ਜਿਹੜੀ ਸਬਜ਼ੀ ਅਸੀਂ ਸਰਦੀਆਂ ਦੇ ਵਿੱਚ ਸਵੇਰ ਨੂੰ ਬਾਹਰ ਰੱਖੀ ਆ ਤਾਂ ਸ਼ਾਮ ਤੱਕ ਪਈ ਰਹਿੰਦੀ ਆ ਤਾਂ ਉਹਦੇ ਵਿੱਚ ਕੁਝ ਨਹੀਂ ਹੁੰਦਾ। ਗਰਮੀਆਂ ਦੇ ਵਿੱਚ ਭਾਵੇਂ 2-3-4 ਘੰਟੇ ਬਾਅਦ ਹੀ ਉਹ ਖਰਾਬ ਹੋ ਜਾਂਦੀ ਆ। ਬਿਲਕੁਲ ਉਹਦੇ ਵਿੱਚ ਜਿਹੜੀ ਮਤਲਬ ਬੈਕਟੀਰੀਆ ਦੀ ਗਰੋਥ ਹੈਗੀ ਆ ਉਹ ਵੱਧ ਜਾਂਦੀ ਹੈਗੀ ਆ। ਉਹ ਗਰੋਥ ਜਿਹੜੀ ਵਧਣ ਦੇ ਕਰਕੇ ਉਹ ਖਰਾਬ ਹੋਣੀ ਲਾਜ਼ਮੀ ਹੈਗੀ ਆ। ਇਸ ਕਰਕੇ ਜਿਹੜੀ ਜਦੋਂ ਉਹਨਾਂ ਦੇ ਵਿੱਚ ਬੈਕਟੀਰੀਆ ਦੀ ਗਰੋਥ ਜ਼ਿਆਦਾ ਹੁੰਦੀ ਆ ਉਹ ਬੈਕਟੀਰੀਆ ਜਦੋਂ ਅਸੀਂ ਸਾਡੇ ਅੰਦਰ ਜਾਂਦੇ ਆ ਤਾਂ ਨੈਚੁਰਲੀ ਉਹ ਇਨਫੈਕਸ਼ਨ ਕਰਦੇ ਹੈਗੇ ਆ। ਸੋ ਇਸ ਕਰਕੇ ਗਰਮੀਆਂ ਦੇ ਵਿੱਚ ਜਿਹੜੀਆਂ ਸਟਮਕ ਦੀਆਂ ਪ੍ਰੋਬਲਮਸ ਹੈਗੀਆਂ ਆ ਉਹ ਬੈਕਟੀਰੀਆ ਦੀ ਗਰੋਥ ਕਰਕੇ ਜ਼ਿਆਦਾ ਹੋ ਜਾਂਦੀ, ਠੀਕ ਇਨਫੈਕਸ਼ਨ ਜ਼ਿਆਦਾ ਹੋ ਜਾਂਦੀ। ਠੀਕ ਹੈ। ਤੇ ਇਸ ਕਰਕੇ ਸਰ ਇਹਦੇ ਵਿੱਚ ਫਿਰ ਸਾਨੂੰ ਆ ਹਲਦੀ ਵਾਲਾ ਜਿਹੜਾ ਕਾੜਾ ਆ ਇਹ ਜ਼ਿਆਦਾ ਬੈਟਰ ਆ ਇਹਨਾਂ ਦਿਨਾਂ ਚ? ਹਾਂ ਇਹ ਸਾਡੇ ਐਂਟੀਆਕਸੀਡੈਂਟਸ ਜਿਹੜੇ ਹੈਗੇ ਆ ਇਹ ਬਿਹਤਰ ਹੈਗੇ ਆ। ਸਵੇਰੇ ਸ਼ਾਮੀ ਅਸੀਂ ਲੈ ਸਕਦੇ ਹਾਂ। ਸਾਡੀਆਂ ਜਿੰਨੀਆਂ ਪ੍ਰੋਬਲਮ ਹੈ ਜੁਆਇੰਟਸ ਦੀਆਂ ਪ੍ਰੋਬਲਮ ਹੈਗੀਆਂ ਉਹਨਾਂ ਦੇ ਲਈ ਵੀ ਇਹ ਕਾੜਾ ਬਹੁਤ ਵਧੀਆ ਹੈਗਾ ਆ। ਐਂਟੀਆਕਸੀਡੈਂਟ ਵੀ ਬਹੁਤ ਵਧੀਆ ਹੈਗਾ ਆ, ਐਂਟੀ ਇਨਫਲੇਮੇਟਰੀ ਵੀ ਬਹੁਤ ਵਧੀਆ ਹੈਗਾ ਆ, ਐਂਟੀਬਾਇਓਟਿਕ ਵੀ ਬਹੁਤ ਵਧੀਆ ਹੈਗਾ ਆ, ਐਂਟੀਸੈਪਟਿਕ ਵੀ ਹੈਗਾ ਆ। ਇਹ ਸਾਰੀਆਂ ਚੀਜ਼ਾਂ ਨੂੰ ਕੰਪਨਸੇਟ ਕਰ ਸਕਦਾ। ਤੇ ਸਰ ਦਾਲਚੀਨੀ ਵੀ ਆਈ ਥਿੰਕ ਇੰਨਾ ਬੈਸਟ ਕੰਬੀਨੇਸ਼ਨ ਬਣਦਾ ਹੈਗਾ। ਦਾਲਚੀਨੀ ਵੀ ਲੈ ਸਕਦੇ ਹਾਂ। ਦਾਲਚੀਨੀ ਦੇ ਹੋਰ ਬਹੁਤ ਫਾਇਦੇ ਹੈਗੇ ਆ। ਸ਼ੂਗਰ ਲਈ ਬਹੁਤ ਵਧੀਆ ਹੈਗੀ ਆ, ਸਾਡੀ ਬ੍ਰੋਂਕਾਈਟਿਸ ਲਈ ਬਹੁਤ ਵਧੀਆ ਹੈਗੀ ਆ, ਔਰ ਇਹਨੂੰ ਤੁਸੀਂ ਇਸਤੇਮਾਲ, ਇਹ ਵੀ ਐਂਟੀ ਆਕਸੀਡੈਂਟ ਔਰ ਐਂਟੀ ਇਨਫਲੇਮੇਟਰੀ ਹੈ। ਜੀ, ਥੈਂਕ ਯੂ ਵੈਰੀ ਮਚ ਸਰ, ਜਿਹੜੇ ਅੱਜ ਦੇ ਜਿਨ੍ਹਾਂ ਨੇ ਸਾਨੂੰ ਜੁਆਇਨ ਕੀਤਾ ਜਾਂ ਨਹੀਂ ਕੀਤਾ, ਲੇਕਿਨ ਅਸੀਂ ਆ ਜਿਹੜੀ ਆਪਣੀ ਸੇਵਾ ਆ ਉਹ ਆਲਵੇਸ ਜਿਹੜੀ ਰਿਸਪਾਂਸਿਬਿਲਿਟੀ ਆ ਉਹ ਪੂਰੀ ਕਰਨ ਦੀ ਕੋਸ਼ਿਸ਼ ਕਰਦੇ ਆ ਤੇ ਕਰਦੇ ਰਵਾਂਗੇ। ਤੇ ਬਾਕੀ ਇਹ ਹੈਗਾ ਕਿ ਅਵੇਅਰਨੈਸ ਸਾਡੇ ਬਾਕੀ ਕੈਂਪੇਨਸ ਚਲਾਉਂਦੇ ਆ ਸਰ, ਲੇਕਿਨ ਅਸੀਂ ਅਵੇਅਰਨੈਸ ਕੈਂਪੇਨ ਆਪਣੇ ਵੱਲੋਂ ਚਲਾਈ ਹੋਈ ਆ। ਸਭ ਨੂੰ ਮੌਕਾ ਆ ਜਿਹੜਾ ਮਰਜ਼ੀ ਆ ਕੇ ਜਿਹੜੀ ਆ ਇਨਫੋਰਮੇਸ਼ਨ ਲੈ ਸਕਦਾ ਆ। ਤੇ ਬਟ ਇਹ ਆ ਕਿ ਅਨਲੱਕੀਲੀ ਬਹੁਤ ਸਾਰੇ ਲੋਕੀ ਹੈਗੇ ਆ ਜਿਨ੍ਹਾਂ ਨੂੰ ਇਹ ਮੌਕਾ ਮਿਲਦਾ ਬਟ ਉਹ ਨਹੀਂ ਲੈਂਦੇ। ਤੇ ਦੂਸਰਾ ਇਹ ਹੈਗਾ ਆ ਬਟ ਫੇਰ ਵੀ ਅਸੀਂ YouTube ਚੈਨਲਸ ਤੇ ਆਪਣੇ ਜਿਹੜੇ ਇਹਨਾਂ ਨੂੰ ਪਾ ਦਿੰਨੇ ਆ ਤੇ ਹੋਪਫੁਲੀ ਜਿਹੜੇ ਦੇਖਦੇ ਹੈਗੇ ਉਹਨਾਂ ਨੂੰ ਇਹਨਾਂ ਚੀਜ਼ਾਂ ਤੋਂ ਬਹੁਤ ਜ਼ਿਆਦਾ ਜਿਹੜਾ ਅਵੇਅਰਨੈਸ ਮਿਲਦੀ ਆ, ਔਰ ਜਿਹੜੇ ਦੇਖਦੇ ਆ ਉਹ ਕਈ ਵਾਰ ਫੇਰ ਰਿਵਿਊਜ਼ ਵੀ ਆਪਣੇ ਸ਼ੇਅਰ ਕਰਦੇ ਆ ਕਿ ਅਸੀਂ ਅੱਗੇ ਵੀ ਸ਼ੇਅਰ ਕੀਤੀ ਸਾਨੂੰ ਬਹੁਤ ਵਧੀਆ ਲੱਗਾ। ਲੇਕਿਨ ਪਤਾ ਨਹੀਂ ਕਿਉਂ ਕਿ ਆਪਣਾ ਜਿਹੜਾ ਸਮਾਂ ਜਿਹੜਾ ਥੋੜਾ ਜਿਹਾ ਕਿਉਂ ਨਹੀਂ ਕੱਢਦੇ ਉਹ ਕਿ ਉਹ ਲਾਈਵ ਆ ਕੇ ਇਸ ਚੀਜ਼ ਨੂੰ ਸੁਣ ਸਕਣ, ਆਪਣੇ ਕੁਝ ਕੁਐਸਚਨਸ ਜਿਹੜੇ ਆ ਉਹ ਰੱਖ ਸਕਣ ਜਾਂ ਪੁੱਛ ਸਕਣ। ਤੇ ਕੋਸ਼ਿਸ਼ ਕਰਦੇ ਰਵਾਂਗੇ ਕਿ ਸ਼ਾਇਦ ਅੱਗੇ ਵੀ ਕੋਈ ਇਹਨਾਂ ਨੂੰ ਜਿਹੜੇ ਇੰਨੇ ਵਧੀਆ ਚਾਂਸ ਆਇਆ ਤਾਂ ਤੁਸੀਂ ਆਪਣਾ ਕੀਮਤੀ ਸਮਾਂ ਜਿਹੜਾ ਸਾਨੂੰ ਦਿੰਦੇ ਆ ਤੇ ਉਹ ਜਿਹੜਾ ਅਸੀਂ ਲੋਕਾਂ ਨੂੰ ਹੁਣ ਕਿਸੇ ਨੂੰ ਸਰ ਇਹ ਆ ਕਿ ਦੱਸ ਸਕਦੇ ਆ ਉਹਦੇ ਭਲੇ ਵਾਸਤੇ ਕਹਿ ਸਕਦੇ ਆ, ਉਹਨੇ ਭਲਾ ਕਰਾਉਣਾ ਹੈ ਕਿ ਨਹੀਂ ਉਹਦੇ ਆਪਣੇ ਤੇ ਡਿਪੈਂਡ ਹੈਗਾ ਹੈ। ਤੇ ਬਟ ਥੈਂਕ ਯੂ ਵੈਰੀ ਮਚ ਸਰ ਸਾਡਾ ਕਿ ਤੁਸੀਂ ਸਾਨੂੰ ਆਪਣਾ ਬਹੁਤ ਪ੍ਰੈਸ਼ੀਅਸ ਟਾਈਮ ਦਿੰਦੇ ਆ ਤੇ ਆਪਾਂ ਲੱਗੀ ਆ ਇਸ ਚੀਜ਼ ਲਈ ਕਿ ਤੁਸੀਂ ਸਾਡੇ ਨਾਲ ਹੈਗੇ ਆ ਇਸ ਅਵੇਅਰਨੈਸ ਕੈਂਪੇਨ ਦੇ ਵਿੱਚ। ਤੇ ਹੋਰ ਵੀ ਜਿਹੜੇ ਚਾਂਸਸ ਸਾਨੂੰ ਮਿਲਦੇ ਰਹਿਣਗੇ ਤਾਂ ਆਪਾਂ ਉਹਦੇ ਵਿੱਚ ਕੋਸ਼ਿਸ਼ ਕਰਾਂਗੇ ਕਿ ਸਾਰੇ ਇਕੱਠੇ ਹੋ ਕੇ ਇਸ ਰਿਸਪੋਂਸਿਬਿਲਿਟੀ ਨੂੰ ਕਵਰ ਅਪ ਕਰਨ ਦੀ ਕੋਸ਼ਿਸ਼ ਕਰੀਏ। ਸੋ ਥੈਂਕ ਯੂ ਸਰ, ਥੈਂਕ ਯੂ ਵੈਰੀ ਮਚ। ਤੇ ਫਿਰ ਤੋਂ ਆਪਾਂ
ਨੈਕਸਟ ਵੀਕ ਵਿਦ ਦ ਟਾਈਮ ਆਫ ਈਅਰ ਆਪਾਂ ਫੇਰ ਵਧੀਆ ਜਿਹਾ ਟੌਪਿਕ ਲੈ ਕੇ ਮਿਲਾਂਗੇ ਸਾਨੂੰ, ਤੇ ਕੋਸ਼ਿਸ਼ ਰਹੇਗੀ ਕਿ ਇਸ ਵਾਰ ਫੇਰ ਤੋਂ ਜਿਹੜੇ ਸਾਨੂੰ ਜੁਆਇਨ ਕਰਦੇ ਆ ਤੇ ਉਹਨਾਂ ਲਈ ਵੀ ਠੀਕ ਹੈ, ਨਹੀਂ ਵੀ ਕਰਦੇ ਤਾਂ ਕੋਈ ਗੱਲ ਨਹੀਂ, ਆਪਾਂ ਯੂਟਿਊਬ ਤੇ ਲਿੰਕ ਉਹਨਾਂ ਲਈ ਸ਼ੇਅਰ ਕਰ ਦੇਵਾਂਗੇ। ਤੇ ਥੈਂਕ ਯੂ ਵੈਰੀ ਮਚ ਸਰ, ਐਂਡ ਥੈਂਕ ਯੂ ਟੂ ਆਲ ਆਫ ਯੂ। ਸਤਿ ਸ਼੍ਰੀ ਅਕਾਲ ਜੀ।